सीएमडी साहब नूं बेनती करांगा कि मुख्यमंत्री साहब नूं गुलदस्ता भेंट करके उन्हां दा इत्थे पहुंचण ते स्वागत करन। सत्कारयोग मुख्यमंत्री साहब, पावर मिनिस्टर साहब, वेणु प्रसाद जी, PSPCL ਦੇ PSTCL ਦੇ ਡਾਇਰੈਕਟਰ ਸਾਹਿਬਾਨ, ਆਫਿਸਰ ਸਾਹਿਬਾਨ ਅਤੇ ਅੱਜ ਦੇ ਨਿਯੁਕਤ ਹੋ ਰਹੇ ਨੇ PSPCL ਦੇ ਪਰਿਵਾਰ ਦੇ ਨਾਲ ਜੁੜ ਰਹੇ ਨੇ, ਮੈਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਜੀਓ ਆਇਆਂ ਕਹਿਣਾ ਔਰ ਮੈਂ ਇਹ ਆਸ ਰੱਖਦਾ ਕਿ ਤੁਹਾਡੇ ਆਉਣ ਦੇ ਨਾਲ ਜੋ ਇਸ ਮਹਿਕਮੇ ਨੂੰ ਬਲ ਮਿਲੇਗਾ, ਆਪਾਂ ਲੋਕਾਂ ਦੀ ਜਿਹੜੀ ਹੈ ਸੇਵਾ ਕਰਨ ਦੇ ਵਿੱਚ ਹੋਰ ਕਾਮਯਾਬ ਹੋਵਾਂਗੇ। ਅੱਜ 603 ਨਿਯੁਕਤੀ ਪੱਤਰ ਜਿਹੜੇ ਨੇ ਨੌਜਵਾਨ ਮੁੰਡੇ ਕੁੜੀਆਂ ਨੂੰ ਦਿੱਤੇ ਜਾ ਰਹੇ ਨੇ। ਅੱਜ ਤੋਂ ਬਾਅਦ ਉਹ ਆਪਣੇ ਪਰਿਵਾਰ ਦਾ ਤਾਂ ਹਿੱਸਾ ਹੋਣਗੇ ਹੀ, ਉਹ ਪੰਜਾਬ ਸਰਕਾਰ ਦੇ ਪਰਿਵਾਰ ਦਾ ਵੀ ਹਿੱਸਾ ਬਣ ਜਾਣਗੇ। ਸੋ ਸਾਡੇ ਪਰਿਵਾਰ ਦੇ ਵਿੱਚ ਤੁਹਾਡਾ ਸਵਾਗਤ ਹੈ ਔਰ ਇਹ ਵਾਅਦਾ ਜਿਹੜਾ ਇਹ ਹਰ ਰੋਜ਼ ਹੋ ਰਿਹਾ। ਹੁਣ ਤੱਕ 8 ਮਹੀਨਿਆਂ ਦੇ ਵਿੱਚ 20,000 ਤੋਂ ਉੱਪਰ ਅਸੀਂ ਨਿਯੁਕਤੀ ਪੱਤਰ ਜਿਹੜੇ ਨੇ ਵੰਡ ਚੁੱਕੇ ਹਾਂ ਅਤੇ ਉਹ ਮੁੰਡੇ ਕੁੜੀਆਂ ਕੰਮ 'ਤੇ ਆਪਣੀਆਂ ਕੁਰਸੀਆਂ 'ਤੇ ਬਹਿ ਕੇ ਕੰਮ ਕਰ ਰਹੇ। ਜਿਉਂ ਜਿਉਂ ਆਉਣ ਵਾਲੇ ਦਿਨਾਂ 'ਚ ਵੀ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਦੱਸਿਆ 2100 ਪੋਸਟਾਂ ਹੋਰ ਨੇ, ਉਹਨਾਂ ਦਾ ਪੇਪਰ ਹੋ ਗਿਆ ਔਰ ਰਿਜ਼ਲਟ ਜਦੋਂ ਆ ਗਿਆ ਉਹਨਾਂ ਨੂੰ ਮੈਰਿਟ ਮੁਤਾਬਕ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਔਰ ਸਭ ਤੋਂ ਇਹਦੇ ਵਿੱਚ ਵਧੀਆ ਗੱਲ ਇਹ ਹੈ, ਤੁਸੀਂ ਵੀ ਉਸ ਚੀਜ਼ ਦੇ ਗਵਾਹ ਹੋਵੋਗੇ ਕਿ ਕੋਈ ਰਿਸ਼ਵਤ ਨਹੀਂ ਚੱਲਦੀ ਅਤੇ ਕੋਈ ਸਿਫਾਰਿਸ਼ ਨਹੀਂ ਚੱਲਦੀ। ਕੋਈ ਮੈਨੂੰ MLA ਜਾਂ ਮੰਤਰੀ ਕਹੇ ਇਹਨੂੰ ਰੱਖ ਲਓ, ਇਹਨੂੰ ਰੱਖ ਲਓ ਆਪਣਾ ਬੰਦਾ, ਮੈਂ ਕਿਹਾ ਵੀ ਜਿਹੜੇ ਨੂੰ ਕੱਢੂੰਗਾ ਇਹਦੀ ਥਾਂ 'ਤੇ, ਜਿਹੜੇ ਨੂੰ ਰੱਖ ਇੱਕ ਨੂੰ ਤਾਂ ਕੱਢਣਾ ਪਊਗਾ ਨਾ, ਫਿਰ ਅਤੇ ਫਿਰ ਉਹ ਕਿਹਦਾ ਬੰਦਾ, ਉਹ ਵੀ ਆਪਣਾ ਹੀ ਬੰਦਾ। ਸੋ ਹੁਣ ਉਹ ਵੀ ਪੜ੍ਹਿਆ ਹੀ ਹੋਊਗਾ, ਉਹਨੇ ਵੀ ਮਿਹਨਤ ਕੀਤੀ ਹੋਈ ਹੈ। ਸੋ ਵੀ ਮੈਂ ਇਹ ਕਹਿਣਾ ਹੁੰਦਾ ਕਿ ਉਹਨਾਂ ਨੂੰ ਕਹੋ ਮਿਹਨਤ ਕਰ ਲੈਣ, ਅਗਲੇ ਸਾਲ ਆ ਜਾਣ। ਇਹ ਕਿਹੜਾ ਕੁੰਭ ਦਾ ਮੇਲਾ, ਰਿਟਾਇਰਮੈਂਟ ਚੱਲਦੀ ਰਹਿੰਦੀ ਹੈ, ਨਵੀਂ ਭਰਤੀ ਆਉਂਦੀ ਰਹਿੰਦੀ ਹੈ। ਇਹ ਨਾ ਸੋਚਿਓ ਕਿ ਹੁਣ ਨੌਕਰੀ ਤਾਂ ਮਿਲ ਗਈ, ਹੁਣ MLA ਲੱਭੀ ਹੈ ਕੋਈ, ਬਦਲੀ ਤਾਂ ਕਰਾ ਦੇ ਜੀ, ਹੈਂ ਪੋਸਟ ਕਰ ਲਈ ਪਈ ਹੈ ਜੀ, ਨਾਲੇ ਕਹਿੰਦੇ ਨੇ ਤਿੰਨ ਲਿਆਉਂਦੇ ਨੇ ਵੀ ਤਿੰਨ ਪੋਸਟਾਂ 'ਚ ਕਿਤੇ ਮਰਜ਼ੀ ਕਰ ਦਿਉ। ਮੈਂ ਕਿਹਾ ਵੀ ਇਹ ਨਾ ਆ ਜੇ ਹੁਣ ਕਿਤੇ ਵੀ 66 KV ਦਾ ਗ੍ਰੇਡ ਵੀ ਸਾਡੇ ਘਰ ਲਾ ਦਿਉ, ਕੰਧ ਟੱਪ ਕੇ ਚੱਲ ਜਾਇਆ ਕਰਾਂਗੇ ਜੀ, ਠੀਕ ਹੈ ਨਾ। ਸੋ ਨੌਕਰੀ ਕਰੋਗੇ, ਤੁਹਾਨੂੰ ਬਿਜ਼ੀ ਰਹੋਗੇ, ਤੁਹਾਡਾ ਪਰਿਵਾਰ ਖੁਸ਼ ਹੋਊਗਾ, ਆਮਦਨ 'ਚ ਵਾਧਾ ਹੋਊਗਾ, ਤੁਹਾਡੇ ਪਰਿਵਾਰ ਖੁਸ਼ ਰਹਿਣ, ਤੰਦਰੁਸਤ ਰਹੋ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।